ਸਾਰੇ ਦੇਸ਼ ਵਿੱਚ 1 ਜੁਲਾਈ ਤੋਂ ਤਿੰਨ ਨਵੇਂ ਕ੍ਰਿਮੀਨਲ ਕਾਨੂੰਨ ਲਾਗੂ ਹੋਣ ਵਾਲੇ ਨੇ ਟੈਕਨੀਕਲੀ ਕਿਸ ਤਰ੍ਹਾਂ ਦੇ ਚੇਂजेस ਜਿਹੜੇ ਆ ਉਹ ਦੇਖਣ ਨੂੰ ਮਿਲ ਸਕਦੇ ਬਹੁਤ ਜ਼ਿਆਦਾ ਟੈਕਨੋਲੋਜੀਕਲ ਚੇਂजेस ਲਿਆਂਦੇ ਗਏ ਨੇ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਕਰ ਰਹੀ ਹੈ ਉਹ ਡਿਜੀਟਲ ਮੋੜ ਤੇ ਹੁਣ ਕੀਤੀ ਜਾਏਗੀ ਉਹਦੇ ਲਈ ਅਲੱਗ-ਅਲੱਗ ਡਿਵਾਈਸਸ ਚੰਡੀਗੜ੍ਹ ਪੁਲਿਸ ਆਪਣੇ ਸਾਰੇ ਇਨਵੈਸਟੀਗੇਸ਼ਨ ਅਫਸਰਜ਼ ਲਈ ਟੈਬਲੇਟਸ ਖਰੀਦ ਰਹੇ ਨੇ ਮੈਂ ਕਿਉਂਕਿ 1 ਜੁਲਾਈ ਤੋਂ ਤੁਸੀਂ ਸ਼ੁਰੂ ਕਰਨ ਵਾਲੇ ਹੋ ਇਹ ਤਿੰਨ ਜਿਹੜੇ ਕਾਨੂੰਨ ਨੇ ਇਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਬਦਲਾਅ ਹੋਣ ਵਾਲਾ ਹੈ ਔਰ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਲਾਗੂ ਹੋਣ ਵਾਲਾ ਅਹ ਦੇਖੋ ਸਾਰੇ ਦੇਸ਼ ਵਿੱਚ 1 ਜੁਲਾਈ ਤੋਂ ਤਿੰਨ ਨਵੇਂ ਕ੍ਰਿਮੀਨਲ ਕਾਨੂੰਨ ਲਾਗੂ ਹੋਣ ਵਾਲੇ ਨੇ ਪੁਰਾਣੇ ਆਈਪੀਸੀ ਸੀਆਰਪੀਸੀ ਐਵੀਡੈਂਸ ਐਕਟ ਦੀ ਜਗ੍ਹਾ ਹੁਣ ਬੀਐਨਐਸ ਬੀਐਨਐਸਐਸ ਤੇ ਬੀਐਸਏ ਕਾਨੂੰਨ ਤੈਨੂੰ ਲਾਗੂ ਹੋਣ ਜਾ ਰਹੇ ਨੇ ਇਹਦੇ ਵਿੱਚ ਪੂਰੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਸੁਧਾਰਨ ਚ ਸਰਕਾਰ ਦਾ ਇਨੀਸ਼ੀਏਟਿਵ ਹੈ ਤੇ ਉਹਦੇ ਨਾਲ ਕਾਫੀ ਤਰ੍ਹਾਂ ਦੇ ਚੇਂਜਸ ਜਿਹੜੇ ਪਬਲਿਕ ਦੀ ਸਹੂਲਤ ਲਈ ਲਿਆ ਲੜਦੇ ਰਹੇ ਨੇ ਅ ਇਨਵੈਸਟੀਗੇਸ਼ਨ ਟਾਈਮ ਸਿਰ ਹੋਵੇ ਲੋਕਾਂ ਨੂੰ ਸਹੂਲਤ ਮਿਲੇ ਉਸ ਤੋਂ ਬਾਅਦ ਟ੍ਰਾਇਲ ਵੀ ਟਾਈਮ ਸਿਰ ਖਤਮ ਹੋਵੇ ਵਿਕਟਿਮਸ ਨੂੰ ਵੀ ਤੇ ਅਕਿਊਜ਼ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਪੁਲਿਸ ਨੂੰ ਹੋਰ ਪਾਵਰ ਏਮਪਾਵਰ ਤੇ ਸਸ਼ਕਤ ਕਰਨ ਲਈ ਉਸ ਤੋਂ ਬਾਅਦ ਕ੍ਰਿਮੀਨਲਸ ਨੂੰ ਹੋਰ ਜ਼ਿਆਦਾ ਸਟ੍ਰਿਕਟ ਸਟ੍ਰਿੰਜੈਂਟ ਪ੍ਰੋਵੀਜ਼ਨਸ ਨਾਲ ਉਹਨਾਂ ਨੂੰ ਡੀਲ ਕਰਨ ਦੀ ਅਲੱਗ-ਅਲੱਗ ਪ੍ਰੋਵੀਜ਼ਨਸ ਇਹਦੇ ਵਿੱਚ ਪ੍ਰੋਵਾਈਡ ਕੀਤੇ ਗਏ ਨੇ ਮੈਮ ਥਿਸ ਟੈਕਨੀਕਲ ਦੀ ਅਸੀਂ ਗੱਲ ਕਰ ਲਈ ਹੈ ਟੈਕਨੀਕਲੀ ਦੇਖੋ ਇਹਦੇ ਚ ਪੁਲਿਸ ਤੇ ਹੋਰ ਇਨਵੈਸਟੀਗੇਟਿੰਗ ਏਜੰਸੀਜ਼ ਨੂੰ ਅਕਾਉਂਟੇਬਲ ਠਹਿਰਾਣ ਲਈ ਬਹੁਤ ਜ਼ਿਆਦਾ ਟੈਕਨੋਲੋਜੀਕਲ ਚੇਂजेस ਲਿਆਂਦੇ ਗਏ ਨੇ ਸਭ ਤੋਂ ਪਹਿਲੇ ਤਾਂ ਜਦੋਂ ਸਰਚ ਐਂਡ ਸੀਜ਼ਰ ਹੋਏਗਾ ਉਹਦੀ ਵੀਡੀਓਗ੍ਰਾਫੀ ਕੰਪਲਸਰੀ ਕਰ ਦਿੱਤੀ ਗਈ ਹੈ ਕੋਈ ਵੀ ਸੀਨ ਆਫ ਕਰਾਇਮ ਜਦੋਂ ਵਿਜ਼ਿਟ ਕੀਤਾ ਜਾਂਦਾ ਕੋਈ ਮਰਡਰ ਕਰਾਇਮ ਹੋ ਗਿਆ ਕੋਈ ਐਕਸੀਡੈਂਟ ਕੇਸ ਹੋ ਗਿਆ ਉਹਦੇ ਚ ਪੂਰੇ ਸੀਨ ਆਫ ਕਰਾਇਮ ਦੀ ਵੀ ਵੀਡੀਓਗ੍ਰਾਫੀ ਕੀਤੀ ਜਾਏਗੀ ਸਾਰੀ ਵੀਡੀਓਗ੍ਰਾਫੀ ਜਿਹੜੀ ਇਨਵੈਸਟੀਗੇਸ਼ਨ ਦੇ ਡਿਊਰਿੰਗ ਹੋਏਗੀ ਕੋਰਟ ਕੋਲ ਜਾਏਗੀ ਤੇ ਪੂਰਾ ਟ੍ਰਾਇਲ ਉਹ ਵੀਡੀਓਗ੍ਰਾਫੀ ਦੇ ਬੇਸਿਸ ਤੇ ਹੀ ਹੋਏਗਾ ਤਾਂ ਇਹ ਇੱਕ ਬਹੁ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਕਰ ਰਹੀ ਹੈ ਉਹ ਡਿਜੀਟਲ ਮੋੜ ਤੇ ਹੁਣ ਕੀਤੀ ਜਾਏਗੀ ਉਹਦੇ ਲਈ ਅਲੱਗ-ਅਲੱਗ ਡਿਵਾਈਸਸ ਚੰਡੀਗੜ੍ਹ ਪੁਲਿਸ ਆਪਣੇ ਸਾਰੇ ਇਨਵੈਸਟੀਗੇਸ਼ਨ ਅਫਸਰਜ਼ ਲਈ ਟੈਬਲੇਟਸ ਖਰੀਦ ਰਹੇ ਨੇ ਅਸੀਂ ਖਰੀਦ ਰਹੇ ਹਾਂ ਤੇ ਉਹਨਾਂ ਚ ਉਹਨਾਂ ਨੂੰ ਜਿਹੜੇ ਐਪਲੀਕੇਸ਼ਨਸ ਡਾਊਨਲੋਡ ਕਰਕੇ ਅਲੱਗ-ਅਲੱਗ ਤਰੀਕਿਆਂ ਨਾਲ ਦਵਾਗੇ ਜਿਹਦੇ ਨਾਲ ਉਹ ਇਨਵੈਸਟੀਗੇਸ਼ਨ ਨੂੰ ਚੰਗੇ ਤਰੀਕੇ ਨਾਲ ਕਰ ਸਕਣਗੇ ਇਸ ਤਰ੍ਹਾਂ ਦੀ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਪੂਰੀ ਇਨਵੈਸਟੀਗੇਸ਼ਨ ਪ੍ਰਕਿਰਿਆ ਨੂੰ ਡਿਜੀਟਲ ਕਰਨ ਲਈ ਉਸ ਤੋਂ ਬਾਅਦ ਟ੍ਰਾਇਲ ਪ੍ਰਕਿਰਿਆ ਨੂੰ ਵੀ ਡਿਜੀਟਲ ਕਰਨ ਲਈ ਅਸੀਂ ਲਿਆਂਦੀ ਜਾ ਰਹੀ ਹੈ ਆਮ ਜਨਤਾ ਹੁਣ ਜੇ ਕੋਈ ਗਵਾਹੀ ਕਿਸੇ ਨੇ ਭਰਨੀ ਹੈ ਤਾਂ ਉਹਨਾਂ ਨੂੰ ਫਿਜ਼ੀਕਲ ਕੋਰਟ ਚਾਹੰਦੀ ਲੋੜ ਨਹੀਂ ਪੈਗੀ ਉਹ ਵੀ ਆਨਲਾਈਨ ਤੇ ਡਿਜੀਟਲੀ ਹੋ ਪਾਏਗੀ ਤਾਂ ਮੈਂ ਡਿਜੀਟਲ ਦਾ ਜਿਹੜਾ ਸਹਾਰਾ ਲੈ ਜਾ ਰਹੇ ਆ ਆਨ ਜਿਹੜੀ ਡਿਜੀਟਲ ਜਾਂ ਟੈਕਨੀਕਲ ਚੀਜ਼ਾਂ ਦਾ ਸਹਾਰਾ ਲੈ ਜਾ ਰਹੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੀਜ਼ਾਂ 'ਚ ਕਾਫੀ ਫਾਇਦਾ ਹੋਏਗਾ ਚਾਹੇ ਅਕਿਊਜ਼ ਦੀ ਗੱਲ ਹੋਵੇ ਚਾਹੇ ਉਹ ਵਿਕਟਿਮ ਦੀ ਗੱਲ ਹੋਵੇ ਚਾਹੇ ਕੋਰਟ ਟ੍ਰਾਇਲ ਦੀ ਕੇਸ ਦੀ ਗੱਲ ਬਿਲਕੁਲ ਜੀ ਜਦੋਂ ਅਸੀਂ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਆ ਉਹਨਾਂ ਨੂੰ ਡਿਜੀਟਾਈਜ਼ ਕਰਕੇ ਅਸੀਂ ਅਕਾਉਂਟੇਬਿਲਟੀ ਫਿਕਸ ਕਰ ਰਹੇ ਆ ਕੋਈ ਵੀ ਸਾਰੇ ਜਿਹੜੇ ਪੁਲਿਸ ਤੇ ਆਮ ਤੌਰ ਤੇ ਇਲਜ਼ਾਮ ਲੱਗਦੇ ਸੀ ਸਾੜ ਤੇ ਝੂਠੀ ਰਿਕਵਰੀ ਹੈ ਝੂਠੇ ਕੇਸ ਕਰ ਦਿੱਤੇਗੇ ਉਹ ਹੁਣ ਅੱਜ ਤੋਂ ਬਾਅਦ ਨਹੀਂ ਲੱਗਣਗੇ ਕਿਉਂਕਿ ਹਰ ਚੀਜ਼ ਦੀ ਵੀਡੀਓਗ੍ਰਾਫੀ ਹੋਏਗੀ ਸਾਰਾ ਸਬੂਤ ਉਹਦੇ ਨਾਲ ਹੋਏਗਾ ਇਸ ਤੋਂ ਨਾਲ ਹੀ ਇਹ ਨਾ ਸਿਰਫ ਇਸ ਕਰਕੇ ਇਹ ਤਾਂ ਇੱਕ ਜਿਹੜਾ ਅਲੀਗੇਸ਼ਨ ਲੱਗਦਾ ਪੁਲਿਸ ਤੇ ਉਹਦੇ ਬਾਰੇ ਹੈ ਪੁਲਿਸ ਇਹਦੇ ਨਾਲ ਐਕਚੁਅਲ ਚ ਸਾਨੂੰ ਇੱਕ ਏਮਪਾਵਰਮੈਂਟ ਮਿਲੇਗੀ ਸ ਸਸ਼ਕਤ ਹੋਵਾਂਗੇ ਕਿ ਕੱਲ ਨੂੰ ਜਦੋਂ ਕੋਰਟ 'ਚ ਅਸੀਂ ਕੇਸਾਂ ਨੂੰ ਪ੍ਰੂਫ ਕਰਨਾ ਹੈ ਉਹਦੇ ਕੋਲ ਸਾਡੇ ਕੋਲ ਡਿਜੀਟਲ ਐਵਿਡੈਂਸ ਹੋਏਗਾ ਪੁਖਤਾ ਸਬੂਤ ਹੋਏਗਾ ਉਹਦੇ ਨਾਲ ਹੀ ਅਸੀਂ ਕੋਰਟ ਕੇਸ ਟ੍ਰਾਇਲ 'ਚ ਜਾਵਾਂਗੇ ਜਿਦੇ ਨਾਲ ਪ੍ਰੋਸੀਕਿਊਸ਼ਨ ਨੂੰ ਇੱਕ ਬਹੁਤ ਚੰਗਾ ਸਹਾਰਾ ਮਿਲੇਗਾ ਤੇ ਸਾਡੇ ਕੋਈ ਵੀ ਕੇਸ ਜਿਹੜੇ ਅਸੀਂ ਜੈਨੂਇਨ ਕੇਸ ਹੋਈਆਂ ਹਨ ਉਹਨਾਂ 'ਚ ਬਰੀ ਨਹੀਂ ਹੋ ਪਾਣਗੇ ਕੋਈ ਵੀ ਬੈਨੀਫਿਟ ਆਫ ਡਾਊਟ ਨਹੀਂ ਮਿਲੇਗਾ ਗਵਾਹਾਂ ਦੇ ਮੁਕਰਨ ਕਰਕੇ ਬਰੀ ਜਿਹੜੇ ਹੁੰਦੇ ਸੀ ਉਹ ਬੰਦ ਹੋ ਜਾਏਗਾ ਕਿਉਂਕਿ ਸਾਰੀ ਮੌਕੇ ਦੀ ਸਾਡੀ ਵੀਡੀਓਗ੍ਰਾਫੀ ਹੋਏਗੀ। ਜਿਹੜੀ ਫੋਰੈਂਸਿਕ ਦੀ ਟੀਮਾਂ ਜਾਂਦੀ ਹੈ ਹੁਣ ਜੇ ਆਪਾਂ ਕ੍ਰਾਈਮ ਸੀਨ ਤੇ ਜਾਂਦੀ ਹੈ ਉਹਦੇ ਤੇ ਵੀ ਕੁਝ ਚੇਂਜਸ ਕੀਤੇ ਫੋਰੈਂਸਿਕ ਟੀਮ ਦੇ ਨਾਲ ਵੀ ਕੋਈ ਕੋਆਰਡੀਨੇਸ਼ਨ ਜੀ ਬਿਲਕੁਲ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੋਏਗਾ ਉਹ ਫੋਰੈਂਸਿਕ ਟੀਮਸ ਪ੍ਰੋਪਰ ਬਣਾਈਆਂ ਗਈਆਂ ਨੇ। ਜਿਹੜੇ ਵੀ ਕੇਸਾਂ ਵਿੱਚ 6 7 ਸਾਲ ਤੋਂ ਜ਼ਿਆਦਾ ਸਜ਼ਾ ਹੈ ਉਹ ਸਾਰੇ ਕੇਸਾਂ ਵਿੱਚ ਹੁਣ ਫੋਰੈਂਸਿਕ ਟੀਮ ਦਾ ਮੌਕੇ ਤੇ ਜਾਣਾ ਕੰਪਲਸਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਪਹਿਲਾਂ ਹੀ ਇਸ ਤੋਂ ਪਹਿਲੇ ਹੀ ਬੈਸਟ ਪ੍ਰੈਕਟਿਸ ਦੇ ਤੌਰ ਤੇ ਇਹ ਆਲਰੇਡੀ ਅਸੀਂ ਕਰ ਰਹੇ ਹਾਂ 6 ਸਾਲ ਤੋਂ ਉੱਪਰ ਦੇ ਸਾਰੇ ਕ੍ਰਾਈਮ ਅਸੀਂ ਆਲਰੇਡੀ 100% ਕਵਰ ਕਰ ਰਹੇ ਹਾਂ ਫੋਰੈਂਸਿਕ ਟੀਮ ਮੌਕੇ ਤੇ ਜਾਂਦੀ ਹੈ ਫੋਰੈਂਸਿਕ ਐਵਿਡੈਂਸ ਇਕੱਠਾ ਕਰਦੀ ਹੈ ਤੇ ਕੇਸ ਨੂੰ ਪੂਰਾ ਸੀਲ ਕਰਨ 'ਚ ਸਾਡੀ ਮਦਦ ਕਰਦੀ ਹੈ ਮੈਮ ਡਿਜੀਟਲ ਦੀ ਤੁਸੀਂ ਗੱਲ ਕੀਤੀ ਜਾਂ ਫਿਰ ਜਿਹੜੇ ਹੋਰ ਵੀ ਆਨਲਾਈਨ ਜਿਹੜੇ ਤੁਸੀਂ ਡਿਵਾਈਸ ਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਮੋਨਿਟਰਿੰਗ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਔਰ ਕਿਥੇ ਕਿਥੇ ਜਿਹੜਾ ਸਾਰਾ ਸਟੈਬਲਿਸ਼ ਕੀਤਾ ਗਿਆ ਇਹ ਪੁਲਿਸ ਸਟੇਸ਼ਨ ਦੇ ਵਿੱਚ ਹੀ ਪੂਰਾ ਸਟੈਬਲਿਸ਼ ਕੀਤਾ ਗਿਆ ਜਾਂ ਫਿਰ ਹੋਰ ਕਿਤੇ ਇਹਨੂੰ ਪਿਆਰ ਕੀਤਾ ਦੇਖੋ ਜਿਹੜਾ ਸਾਡਾ ਸੌਫਟਵੇਅਰ ਹੈ ਜਿਹਦੇ ਤੇ ਅਸੀਂ ਐਫਐਸ ਦਰਜ ਕਰਦੇ ਹਾਂ ਸੀਸੀਟੀਐਨਐਸ ਨਾਮ ਦਾ ਸੌਫਟਵੇਅਰ ਹੈ ਇਹ ਮਿਨਿਸਟਰੀ ਆਫ ਹੋਮ ਅਫੇਅਰਜ਼ ਐਨਸੀਆਰਬੀ ਨੇ ਸੌਫਟਵੇਅਰ ਪੂਰੇ ਇੰਡੀਆ ਲਈ ਡਿਵੈਲਪ ਕੀਤਾ ਸੀ ਉਹ ਸਾਰਾ ਨਵੇਂ ਕਾਨੂੰਨਾਂ ਦੇ ਹਿਸਾਬ ਨਾਲ ਚੇਂਜ ਹੋ ਗਿਆ ਹੈ ਸਾਨੂੰ ਟ్రਾਇਲ ਵਾਸਤੇ ਉਹ ਸੌਫਟਵੇਅਰ ਮਿਲ ਚੁੱਕਿਆ ਹੈ ਇਸ ਤੋਂ ਇਲਾਵਾ ਸੀਨ ਆਫ क्राइम ਦੀ ਵੀਡੀਓਗ੍ਰਾਫੀ ਕਰਨ ਲਈ ਵੀ ਸਾਨੂੰ ਇੱਕ ਨਵੀਂ ਐਪਲੀਕੇਸ਼ਨ ਜਿਹੜੀ NCRB ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰ ਰਹੀ ਹੈ ਉਹਦੇ 'ਚ ਵੀ ਅਸੀਂ ਆਪਣੇ ਆਈਓਜ਼ ਨੂੰ ਟ੍ਰੇਨ ਕਰ ਰਹੇ ਹਾਂ ਤੇ ਉਹ ਵੀ ਜਲਦੀ ਲਾਗੂ ਹੋ ਜਾਏਗੀ ਇਸਾਰਾ ਇਨਫਰਾਸਟ੍ਰਕਚਰ ਕਲਾਉਡ ਦੀ ਜਿਹੜੀ ਸਾਡੇ ਕੋਲ ਫੈਸਿਲਿਟੀ ਹੈ ਸਾਰੀ ਸਟੋਰੇਜ ਇਹਦੀ ਹੋਏਗੀ ਉਹ ਸਾਰੀ ਸਾਨੂੰ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰ ਰਹੀ ਹੈ ਜੇਕਰ ਕੋਈ ਟਰਾਂਸਪੈਂਟ ਤਰੀਕੇ ਨਾਲ ਸਾਰੀ ਚੀਜ਼ਾਂ ਚੱਲੇ ਇਸ ਨੂੰ ਪੂਰਾ ਲੋਕ ਵੀ ਸ਼ੋਅ ਕਰ ਸਕਦੇ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਦੇਖੋ ਇਨਵੈਸਟੀਗੇਸ਼ਨ ਜਿਹੜਾ ਹੈ ਉਹ ਇਨਵੈਸਟੀਗੇਸ਼ਨ ਐਸ ਸੱਚ ਅਸੀਂ ਜਨਰਲ ਪਬਲਿਕਲੀ ਓਪਨ ਨਹੀਂ ਹੁੰਦਾ ਇਨਵੈਸਟੀਗੇਸ਼ਨ ਕਿਉਂਕਿ ਸਬੂਤ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਅਸੀਂ ਸਾਰਿਆਂ ਨੂੰ ਨਹੀਂ ਦੱਸ ਸਕਦੇ ਕਈ ਵਾਰ ਕੋਈ ਉਹਨਾਂ ਨੂੰ ਸਬੂਤ ਨੂੰ ਡੈਮੇਜ ਕਰਨ ਦਾ ਟੈਂਪਰ ਕਰਨ ਦੀ ਵੀ ਕੋਸ਼ਿਸ਼ ਕਰ ਸਕਦਾ ਹੈ ਜਦੋਂ ਚਾਰਜ ਸ਼ੀਟ ਜਾਂਦੀ ਹੈ ਤਾਂ ਅਕਿਊਜ਼ਡ ਨੂੰ ਉਹਦੀ ਆਪਣਾ ਵਿਕਟਿਮ ਨੂੰ ਵੀ ਇੱਕ ਕਾਪੀ ਉਹਦੀ ਚਾਰਜ ਸ਼ੀਟ ਦੀ ਡਿਜੀਟਲ ਕਾਪੀ ਮਿਲੇ ਇਹ ਵੀ ਪ੍ਰੋਵੀਜ਼ਨ ਕੀਤੀ ਗਈ ਹੈ ਤਾਂ ਕਿ ਵਿਕਟਿਮ ਨੂੰ ਆਪਣਾ ਕੇਸ ਪਰਸੂ ਕਰਨ 'ਚ ਕੋਈ ਪ੍ਰੋਬਲਮ ਨਾ ਆਵੇ ਚਾਰਜ ਸ਼ੀਟ ਦੇ ਕੁਝ ਡਾਕੂਮੈਂਟਸ ਸੀ ਅਕਿਊਜ਼ ਨੂੰ ਵੀ ਪ੍ਰੋਵਾਈਡ ਕਰਦੇ ਆ ਤਾਂ ਕਿ ਉਹ ਆਪਣੇ ਲਈ ਉਹਨੂੰ ਡਿਫੈਂਡ ਕਰ ਸਕਣ ਬਟ ਇਸ ਤੋਂ ਇਲਾਵਾ ਕਿਸੇ ਹੋਰ ਕੋਲ ਇਨਵੈਸਟੀਗੇਸ਼ਨ ਦੀ ਡਿਟੇਲਸ ਨਹੀਂ ਹੁੰਦੀਆਂ ਕੋਰਟ ਤੋ ਜਦੋਂ ਜਦੋਂ ਜਾਣਗੇ ਸਾਰੇ ਡਾਕੂਮੈਂਟਸ ਚਾਰਜ ਸ਼ੀਟ ਵੀ ਡਿਜੀਟਲ ਫਾਰਮ 'ਚ ਹੀ ਜਾਏਗੀ ਉਹਦੇ ਨਾਲ ਵੀਡੀਓਗ੍ਰਾਫੀ ਜਾਏਗੀ ਉਹਦੇ ਤੇ ਹੀ ਸਾਰਾ ਟ੍ਰਾਇਲ ਹੋਏਗਾ ਟ੍ਰਾਇਲ ਵੀ ਹੋਣ ਕਿ ਇਨਵੈਸਟੀਗੇਸ਼ਨ ਤੋਂ ਲੈ ਕੇ ਟ੍ਰਾਇਲ ਤੱਕ ਸਾਰੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕੀਤਾ ਗਿਆ ਹੈ ਤੁਹਾਨੂੰ ਲੱਗਦਾ ਹੈ ਕਿ ਕਾਫੀ ਚੀਜ਼ਾਂ 'ਚ ਬਦਲਾਅ ਹੋਣ ਕਰਕੇ ਕਾਫੀ ਟ੍ਰਾਂਸਪੇਰੈਂਸੀ ਜਾਂ ਹੋਰ ਵੀ ਚੀਜ਼ਾਂ 'ਚ ਬਦਲਾਅ ਹੋਵੇਗਾ ਬਿਲਕੁਲ ਜੀ ਮਕਸਦ ਇਹ ਸਾਰੇ ਪ੍ਰੋਸੀਜਰ ਕਰਨ ਦਾ ਮਕਸਦ ਇਹੀ ਹੈ ਕਿ ਸਿਸਟਮਸ 'ਚ ਸਾਡੀ ਟ੍ਰਾਂਸਪੇਰੈਂਸੀ ਆਏ ਲੋਕਾਂ ਨੂੰ ਪੁਲਿਸ ਤੋਂ ਸ਼ਿਕਾਇਤ ਨਾ ਰਵੇ ਸਿਸਟਮਸ ਤੋਂ ਸ਼ਿਕਾਇਤ ਨਾ ਰਵੇ ਵਿਕਟਿਮਸ ਨੂੰ ਜਲਦੀ ਜਸਟਿਸ ਮਿਲੇ ਤੇ ਉਹਨਾਂ ਨੂੰ ਅਕਿਊਜ਼ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਜਿਹੜਾ નિર્ਦੋਸ਼ ਬੰਦਾ ਅਕਿਊਜ਼ਡ ਹੈ ਉਹਨੂੰ ਵੀ ਕਿਸੇ ਤਰ੍ਹਾਂ ਦੀ ਗਲਤ ਸਜ਼ਾ ਨਾ ਮਿਲੇ ਇਹ ਸਾਰੇ ਹੀ ਮੁੱਦਿਆਂ ਨਾਲ ਇੱਕ ਪੂਰਾ ਜਿਹੜਾ ਓਵਰਹਾਲ ਕ੍ਰਿਮੀਨਲ ਜਸਟਿਸ ਸਿਸਟਮ ਦਾ ਕੀਤਾ ਗਿਆ ਹੈ ਪੁਰਾਣਾ ਆਈਪੀਸੀ ਸਾਡਾ 1860 ਦਾ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਜਿੰਨਾ ਇੰਨਾ ਵੱਡਾ ਚੇਂਜ ਜਿਹੜਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਇਸ ਕਰਕੇ ਸਾਨੂੰ ਉਮੀਦ ਹੈ ਕਿ ਇਹ ਚੰਗੀ ਤਰ੍ਹਾਂ ਇੰਪਲੀਮੈਂਟ ਕਰਕੇ ਸਾਡੇ ਵੱਲੋਂ ਵੀ ਕੋਸ਼ਿਸ਼ ਰਹੇਗੀ ਕਿ ਵਿਕਟਿਮਸ ਨੂੰ ਜਸਟਿਸ ਜਲਦੀ ਤੋਂ ਜਲਦੀ ਮਿਲੇ। ਆਖਰੀ ਸਮਾਂ ਲੈ ਮੈਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਹੈਕਿੰਗ ਸਿਸਟਮ ਨਾ ਹੋਵੇ ਜਿੱਦਾਂ ਤੁਸੀਂ ਜਿਹਾ ਕਿ ਮੋਸਟਲੀ ਡਿਜੀਟਲ ਹੋ ਜਾਏਗਾ ਉਹਦੀ ਵੀ ਤਿਆਰੀ ਕੀਤੀ ਗਈ ਹੈ ਉਸ ਨੂੰ ਵੀ ਮੋਨਿਟਰਿੰਗ ਕਰਨ ਜਾਂ ਵਾਸਤਵ ਜਾਂ ਫਿਰ ਐਕਸਪਰਟ ਜਿਹੜੇ ਉਹ ਬਿਠਾਏਗਾ। ਬਿਲਕੁਲ ਜੀ ਦੇਖੋ ਜਿਸ ਸਮੇਂ ਕਿ ਇਹ ਗਵਰਨਮੈਂਟ ਆਫ ਇੰਡੀਆ ਲੈਵਲ ਦਾ ਨੈਸ਼ਨਲ ਸਿਸਟਮ ਹੈ ਲੋਕਲ ਸਿਸਟਮਸ ਨਹੀਂ ਹੈ। ਉੱਥੇ ਪੂਰੀ ਇਹਦੀ ਖਿਆਲ ਰੱਖਿਆ ਗਿਆ ਪ੍ਰੋਟੈਕਸ਼ਨ ਕੀਤੀ ਗਈ ਹੈ। ਜਿਹੜੇ ਸਿਸਟਮ ਤੇ ਅਸੀਂ ਐਫਆਰ ਦਰਜ ਕਰ ਰਹੇ ਹਾਂ ਅੱਜ ਦੀ ਡੇਟ 'ਚ ਉਹ ਵੀ 10-15 ਸਾਲ ਪੁਰਾਣਾ ਸਿਸਟਮ ਹੋ ਚੁੱਕਿਆ ਹੈ ਤੇ ਅੱਜ ਤੱਕ ਉਸ ਚ ਕੋਈ ਸਰਦੀ ਕੰਪਲੀਟ ਨਹੀਂ ਆਈ ਤਾਂ ਫੁੱਲ ਪ੍ਰੂਫ ਸਿਸਟਮ ਬਣਿਆ ਹੈ ਪੂਰੇ ਕੰਟਰੀ ਲਈ ਬਣਿਆ ਹੈ ਤੇ ਪੂਰੇ ਕ੍ਰਿਮਨਲ ਜਸਟਿਸ ਸਿਸਟਮ ਨੂੰ ਡਿਜੀਟਾਈਜ਼ ਕਰਨ ਲਈ ਬਣਿਆ ਹੈ